ਦੇਸ਼ ਵਿਦੇਸ਼ਾਂ ਵਿੱਚ ਲੋਕ ਗਾਇਕੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਫਕੀਰ ਚੰਦ ਪਤੰਗਾ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ। ਫਕੀਰ ਚੰਦ ਪਤੰਗਾ ਹਾਰਟ ਅਤੇ ਲੀਵਰ ਦੀ ਬਿਮਾਰੀ ਨਾਲ ਪੀੜਿਤ ਸਨ ਅਤੇ ਉਹਨਾਂ ਦਾ ਦੇਹਾਂਤ ਬੀਤੀ ਰਾਤ ਉਹਨਾਂ ਦੇ ਜੱਦੀ ਪਿੰਡ ਨਾਭਾ ਬਲਾਕ ਦੇ ਪਿੰਡ ਚਾਹਲ ਵਿਖੇ ਹੋਇਆ। ਇਸ ਖਬਰ ਨੂੰ ਲੈ ਕੇ ਸਾਰੇ ਇਲਾਕੇ ਵਿੱਚ ਗਾਇਕੀ ਜਗਤ ਦੀ ਸੋਗ ਦੀ ਲਹਿਰ ਫੈਲ ਗਈ। ਫਕੀਰ ਚੰਦ ਪਤੰਗਾ ਵੱਲੋਂ ਆਪਣੀ ਗਾਇਕੀ 15 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ 62 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਸ ਮੌਕੇ ਗਾਇਕ ਸੋਨੂੰ ਵਿਰਕ ਨੇ ਫਕੀਰ ਚੰਦ ਪਤੰਗਾ ਨੂੰ ਮੌਤ ਨੂੰ ਗਹਿਰਾ ਰੋਸ ਪ੍ਰਗਟਾਵਾ ਕੀਤਾ। ਸੀਗੇ ਤਕਰੀਬਨ 15-16 ਸਾਲਾਂ ਤੋਂ ਅਸੀਂ ਜਿੱਥੇ ਵੀ ਜਾਣਾ ਇਕੱਠੇ ਹੀ ਜਾਂਦੇ ਸੀਗੇ। ਹਰ ਇੱਕ ਪਰਿਵਾਰ ਦਾ ਦੁੱਖ ਸੁੱਖ, ਹਰ ਇੱਕ ਗਾਣੇ, ਹਰ ਇੱਕ ਗੱਲਬਾਤ ਮੇਰੀ ਰਿਕਾਰਡਿੰਗ 'ਚ ਵੀ ਨਾਲ ਜਾਂਦੇ ਸੀ, ਮੈਂ ਉਹਨਾਂ ਦੇ ਨਾਲ ਜਾਂਦਾ ਸੀਗਾ। ਔਰ ਉਹਨਾਂ ਦੇ ਕਾਫੀ ਸਾਰੇ ਗਾਣੇ, ਹਜ਼ਾਰਾਂ ਹੀ ਗਾਣੇ ਨੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਵਸੇ ਹੋਏ ਆ। ਨਹੀਂ ਨਿਬਣੀ ਦਿਲਦਾਰਾ ਕਰ ਲੈ ਮੋੜ ਮੜਾਈਆਂ ਵੇ, ਨਹੀਂ ਮੈਂ ਪੁੱਤ ਦਾ ਜੱਟ ਦਾ ਸੀ ਕਮਲੀ ਔਰ ਅਨਨ ਨੇ ਸਾਥ ਬਣਾਤਾ, ਚਾਰੇ ਹੀ ਬਾਪੂ ਲੱਗਦੇ ਨੇ ਨੂਨੂ ਕੇ ਮੱਥਾ ਟੇਕੀ ਜਾ, ਗਾਉਣ ਵਾਲਿਆਂ ਪਿੱਛੇ ਟੱਬਰ ਭੁੱਖਾ ਮਾਰੇਗਾ, ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ, ਧੰਨਾ ਭਗਤ, ਯਾਨੀ ਕਿ ਉਹਨਾਂ ਨੂੰ ਲੋਕ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਸੀ ਵੀ ਅਸੀਂ ਜੇ ਕਿਤੇ ਵੀ ਜਲੰਧਰ ਗੁਰਦਾਸਪੁਰ ਜਾਣਾ, ਕਿਸੇ ਨੇ ਕਹਿਣਾ ਮੇਰੇ ਚਾਚਾ ਜੀ ਦੇ ਵਿਆਹ 'ਚ ਆਏ ਸੀ, ਕਿਸੇ ਨੇ ਕਹਿਣਾ ਮੇਰੇ ਮਾਮਾ ਜੀ ਦੇ ਵਿਆਹ 'ਚ ਆਏ ਸੀ, ਉਹਨਾਂ ਦੀ ਸਟੇਜਾਂ ਦੇ ਵਿੱਚ ਇੰਨੀ ਹਰਮਨ ਪਿਆਰਤਾ ਸੀ ਕਿ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਦਾ ਇਹੋ ਜਿਹਾ ਪਿੰਡ ਹੋਊਗਾ ਜਿੱਥੇ ਉਹਨਾਂ ਨੇ ਅਖਾੜਾ ਨਹੀਂ ਲਾਇਆ। ਫਕੀਰ ਚੰਦ ਪਤੰਗਾ ਦਾ ਅਚਾਨਕ ਫਾਨੀ ਦੁਨੀਆਂ ਤੋਂ ਅਲਵਿਦਾ ਕਹਿ ਜਾਣਾ ਸਰੋਤਿਆਂ ਨੂੰ ਬਹੁਤ ਠੇਸ ਪਹੁੰਚੀ ਹੈ, ਪਰ ਕਲਾਕਾਰ ਕਦੇ ਵੀ ਮਰਦੇ ਨਹੀਂ, ਉਹ ਹਮੇਸ਼ਾ ਅਮਰ ਹਨ। ਪਰ ਉਹਨਾਂ ਦੇ ਗੀਤ ਅੱਜ ਵੀ ਸਾਡੇ ਦਿਲਾਂ ਵਿੱਚ ਹਨ ਅਤੇ ਰਹਿੰਦੀ ਦੁਨੀਆਂ ਤੱਕ ਰਹਿਣਗੇ। ਅਸੀਂ ਉਹਨਾਂ ਨੂੰ ਇੱਕ ਲੰਬੇ ਸਮੇਂ ਤੋਂ ਪਹਿਲਾਂ ਸ਼ੂਗਰ ਦੀ ਪ੍ਰੋਬਲਮ ਸੀ, ਉਸ ਕਰਕੇ ਉਹਨਾਂ ਦੇ ਹਾਰਟ ਦੇ ਵਿੱਚ ਬਲੋਕੇਜ ਆ ਗਈ ਸੀ। ਬਲੋਕੇਜ ਕਾਰਨ ਉਹਨਾਂ ਦੇ ਪੇਸਮੇਕਰ ਪਾਇਆ ਗਿਆ, ਪੇਸਮੇਕਰ ਅਚਾਨਕ ਹੀ 2 ਮਹੀਨੇ ਹੋ ਗਏ ਉਹਨਾਂ ਦਾ ਆਪਰੇਟ ਹੋਏ ਨੂੰ, ਅਤੇ ਉਸ ਤੋਂ ਬਾਅਦ ਉਹ ਸਕਸੈਸਫੁਲੀ ਨਹੀਂ ਰਹਿ ਚੁੱਕਿਆ। ਉਸ ਦੇ ਕਾਰਨ ਉਹਨਾਂ ਦੀ ਕਿਡਨੀਆਂ ਦੇ ਵਿੱਚ ਵੀ ਪ੍ਰੋਬਲਮ ਸੀ ਅਤੇ ਥੋੜ੍ਹੀ ਇਨਫੈਕਸ਼ਨ ਸੀ ਲੀਵਰ ਦੇ ਵਿੱਚ, ਅਤੇ ਉਹ ਲੀਵਰ ਡੈਮੇਜ ਹੋਣ ਕਰਕੇ ਕੱਲ੍ਹ ਰਾਤੀ ਉਹਨਾਂ ਦੀ 8 ਵਜੇ ਇਹ ਡੈਥ ਹੋ ਚੁੱਕੀ। ਫਕੀਰ ਚੰਦ ਪਤੰਗਾ ਜੀ ਦੇ ਇਸ ਦੁਨੀਆਂ 'ਚੋਂ ਚਲੇ ਜਾਣ ਨੂੰ ਜਿੱਥੇ ਸੰਗੀਤ ਜਗਤ ਨੂੰ ਘਾਟਾ ਪਿਆ, ਉੱਥੇ ਇੱਕ ਸੰਗੀਤ ਜਗਤ ਜਿਹੜਾ ਕਿ ਯੁੱਗ ਸੀਗਾ, ਮੈਂ ਸਮਝਦਾ ਕਿ ਉਹਦਾ ਐਂਡ ਹੋ ਗਿਆ। ਕਿਉਂਕਿ ਪਤੰਗਾ ਜੀ ਉਹਨਾਂ ਨੇ ਆਪਣੇ ਸੰਗੀਤ ਨੂੰ ਆਪਣੇ ਦਿਲ ਦੇ ਵਿੱਚ ਇੰਨਾ ਪਿਆਰ ਰੱਖਿਆ ਉਹਨਾਂ ਨੇ ਸੰਗੀਤ ਬਾਰੇ, ਉਹਨਾਂ ਨੇ ਕਦੇ ਵੀ ਇਹਨੂੰ ਪੇਸ਼ਾ ਨਹੀਂ ਸਮਝਿਆ, ਉਹਨਾਂ ਨੇ ਹਮੇਸ਼ਾ ਇਹਨੂੰ ਆਪਣਾ ਵਿਰਸਾ ਜਾਂ ਆਪਣਾ ਸ਼ੌਂਕ ਸਮਝਿਆ। ਮੈਂ ਮੇਰੇ ਅੱਖੀਂ ਦੇਖੇ ਦੀ ਗੱਲ ਹੈ ਕਿ ਜਦੋਂ ਉਹ ਸਟੇਜ ਲਾਉਂਦੇ ਸੀ ਜਾਂ ਕਿਤੇ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ, ਅਸੀਂ ਸੁਣਦੇ ਆ ਰਹੇ ਬਚਪਨ ਤੋਂ ਉਹਨਾਂ ਨੂੰ, ਕਿ ਕਦੇ ਵੀ ਉਹ ਕਿਤੇ ਸਟੇਜ ਤੋਂ ਕੋਈ ਪੈਸੇ ਬਟੋਰਨ ਨੂੰ ਜਾਂ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਵਾਸਤੇ ਨਹੀਂ ਸੀ ਉਹ ਗਾਉਂਦੇ, ਸਿਰਫ ਉਹ ਸੰਗੀਤ ਨੂੰ ਪਿਆਰ ਕਰਦੇ ਸੀਗੇ। ਸੋ ਸੰਗੀਤ ਪ੍ਰੇਮੀਆਂ ਦੇ ਵਿੱਚ ਬੜੀ ਰੋਸ ਹੈ, ਬੜਾ ਦਿਲ ਨੂੰ ਠੇਸ ਪਹੁੰਚੀ ਹੈ ਕਿ ਪਰਮਾਤਮਾ ਨੇ ਅੱਜ ਉਹਨਾਂ ਨੂੰ ਸਾਡੇ ਕੋਲੋਂ ਦੂਰ ਲੈ ਗਏ ਨੇ। ਸੋ ਜਿਹੜਾ ਸੰਗੀਤ ਜਗਤ ਦੇ ਨਾਲ ਨਾਲ ਪੂਰੇ ਸਮਾਜਿਕ ਜਿਹੜੀ ਸੀਗੀਆਂ ਗਤੀਵਿਧੀਆਂ ਵੀ ਉਹ ਬਹੁਤ ਕਰਦੇ ਸੀਗੇ, ਸਮਾਜ ਨੂੰ ਵੀ ਬੜਾ ਘਾਟਾ ਪਿਆ, ਪਰਿਵਾਰ ਦੇ ਨਾਲ ਸਾਰੇ ਸੰਗੀਤ ਜਗਤ ਨੂੰ ਵੀ ਘਾਟਾ ਪਿਆ। ਨਾਭਾ ਤੋਂ ਸੁਖਚੈਨ ਸਿੰਘ, ਲੁਬਾਣਾ, ਸਭ ਤੋਂ ਫਾਸਟ ਆਮਨੇ ਸਾਹਮਣੇ।